ਆਸ਼ੂ ਜੀ ਉਹ ਜ਼ਿਆਦਾ ਐਕਟੀਵੇਟ ਦਿਖਾਈ ਨਹੀਂ ਦੇ ਰਹੇ, ਜਗਰਾਊਂਡ 'ਚ ਘੱਟ ਆ ਰਹੇ। ਮੇਰੀ ਅੱਜ ਵੀ ਭਾ ਆਸ਼ੂ ਜੀ ਨੇ ਅੱਜ ਵੀ ਆਉਣਾ ਸੀ ਵਾਰਡ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮੇਰੇ ਕੋਲ ਆ ਤੁਹਾਨੂੰ ਮੈਂ ਕਾਲ ਡਿਟੇਲ ਦਿਖਾ ਦਿੰਦਾ, ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ। ਬਿੱਟੂ ਦੇ ਮੁਕਾਬਲੇ ਉਹਨੂੰ ਕੋਈ ਕੈਂਡੀਡੇਟ ਮਿਲਿਆ ਨਹੀਂ? ਨਾ ਨਾ, ਮੈਂ ਦੱਸਦਾ ਜੀ, ਪੰਜਾਬ ਦਾ ਪ੍ਰਧਾਨ, ਇੱਕ ਮਿੰਟ, ਪੰਜਾਬ ਦਾ ਪ੍ਰਧਾਨ ਕੀ ਹੋਇਆ? ਪੂਰੇ ਪੰਜਾਬ ਦਾ ਬੰਦਾ। ਜੇ ਪੂਰੇ ਪੰਜਾਬ ਦਾ ਪ੍ਰਧਾਨ ਲਾਇਆ, ਉਹਨੂੰ ਪੰਜਾਬ 'ਚੋਂ ਜਿੱਥੇ ਮਰਜ਼ੀ ਲਾ ਦੇਣ ਤਾਂ ਪੰਜਾਬ ਦੇ ਹੀ ਛੱਡਦੇ ਹੋਏ ਨੂੰ ਲਿਜਾ ਕੇ ਕਿਹੜਾ ਜਿੱਤ ਲੂ? ਉਹ ਤਾਂ ਰਾਜਾ ਵੜਿੰਗ ਜੀ ਦੀ ਕੈਪੇਬਿਲਟੀ, ਇੱਕ ਯੂਥ ਦੀ ਬਦੌਲਤ ਇੰਨੀ ਮਿਹਨਤ ਕੀਤੀ, ਅਕਾਲੀਆਂ ਦੇ ਗੜ੍ਹ ਦੇ ਵਿੱਚ ਉਹਨਾਂ ਨੇ ਫਤਿਹ ਲਿਆਂਦੀ, ਗਿੱਦੜਬਾਹਾ ਜਿੱਤਿਆ। ਜੇ ਅੱਜ ਗਿੱਦੜਬਾਹਾ ਤੋਂ ਉਹਨਾਂ ਦੀ ਐਡੀ ਪੈਡ ਬਣੀ, ਪੰਜਾਬ ਦੇ ਪ੍ਰਧਾਨ ਬਣੇ, ਅਤੇ ਉਹ ਗਿੱਦੜਬਾਹੇ ਨੂੰ ਕਿਵੇਂ ਮੈਂ ਵਾਰਡ ਨੰਬਰ 12 ਚੋਂ ਬਣਿਆ? ਕੱਲ੍ਹ ਨੂੰ ਰੱਬ ਇਹਨਾਂ ਦਾ ਕੀ ਪਤਾ ਮੈਨੂੰ MLA ਬਣਾ ਦੇਣ, ਅਤੇ ਮੈਂ ਕੀ ਵਾਰਡ ਨੰਬਰ 12। ਤੁਹਾਡਾ ਸਵਾਗਤ ਆ ਜੀ ਰੈਗੂਲਰ ਗਰਾਊਂਡ 24 ਨਿਊਜ਼ ਚੈਨਲ 'ਤੇ, ਮੈਂ ਤੁਹਾਡਾ ਆਪਣਾ ਰਾਜ ਗਾਲਬ। ਅੱਜ ਅਸੀਂ ਪਹੁੰਚੇ ਹਾਂ ਜਗਰਾਓਂ, ਜਿੱਥੇ ਕਿ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਹੈਗੇ ਆ ਪਹੁੰਚੇ ਸੀਗੇ, ਅਤੇ ਅਸੀਂ ਵਾਰਡ ਨੰਬਰ 12 ਦੇ ਵਿੱਚ ਬੈਠੇ ਹੈਗੇ। ਸਾਡੇ ਨਾਲ ਜੋ ਵਾਰਡ ਨੰਬਰ 12 ਦੇ ਜੋ ਕੌਂਸਲਰ ਹੈਗੇ ਆ ਹਿਮਾਸ਼ੂ ਮਲਿਕ ਜੀ ਬੈਠੇ ਹੈਗੇ ਆ, ਤੋ ਜਾਣਦੇ ਹਾਂ ਵੀ ਅੱਜ ਵਾਰਡ ਦੇ ਵਿੱਚ ਪਹੁੰਚੇ ਸੀ, ਕਿਵੇਂ ਦੀ ਉਹਨਾਂ ਦਾ ਭਾਸ਼ਣ ਰਿਹਾ, ਕਿਵੇਂ ਲੱਗਿਆ ਉਹਨਾਂ ਨੂੰ? ਹਾਂਜੀ ਰਾਜ ਜੀ, ਮੈਂ ਤਾਂ ਪਹਿਲਾਂ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਵਾਰਡ 'ਚ ਆਇਆਂ ਨੂੰ ਨਿੱਘਾ ਸਵਾਗਤ ਕਰਦਾ ਜੀ। ਆਇਆਂ ਨੂੰ ਵਾਰਡ ਦੇ ਵਾਰਡ ਵਾਸੀਆਂ ਦੀਆਂ ਜਿਹੜੀਆਂ ਬਦਲਾਅ ਨੂੰ ਵੋਟਾਂ ਪਈਆਂ ਸੀ, ਮੇਰੇ ਵੀ ਵਾਰਡ 'ਚੋਂ ਬਹੁਤ ਵੋਟਾਂ ਬਦਲਾਅ ਦੇ ਨਾਂ 'ਤੇ ਪਈਆਂ ਸੀ, ਪਰ ਉਹਨਾਂ ਨੇ ਬਦਲਾਅ ਦੇਖ ਲਿਆ, ਉਹਨਾਂ ਦੇ ਨੀਲੇ ਕਾਰਡ, ਬਦਲਾਅ ਦੇ ਬਦਲਾਅ ਨੇ ਬਦਲਤੇ, ਨੀਲੇ ਕਾਰਡ ਹੀ ਕੱਟਤੇ, ਜਿਹੜੇ ਬਦਲਾਅ ਨੇ ਉਹਨਾਂ ਨੇ ਬਦਲਾਅ ਦਿਖਾਤਾ। ਫਿਰ ਜਿਹੜੇ ਲੋਕਾਂ ਦੇ ਚੰਨੀ ਸਰਕਾਰ ਨੇ ਇੱਕ ਸਕੀਮ ਚਲਾਈ ਸੀ ਮੇਰਾ ਘਰ ਮੇਰੇ ਨਾਮ ਜੀ, ਠੀਕ ਹੈ ਜੀ, ਉਹਦੇ ਵਿੱਚ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਤਾਂ ਮਾਰਕ ਜਿਹੜੀ ਨਿਸ਼ਾਨਦੇਹੀ ਆ ਉਹ ਕਰਕੇ ਲੋਕਾਂ ਨੂੰ, ਲੋਕਾਂ ਦੀਆਂ ਜਿੱਥੇ ਬੈਠੇ ਆ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਦੇਣ ਲੱਗ ਗਏ। ਸਾਡੇ ਸ਼ਹਿਰ ਦੇ ਵਿੱਚ ਵੀ ਉਹ ਇੱਕ ਨਾ ਇੱਕ ਦਿਨ ਨਿਸ਼ਾਨਦੇਹੀ ਹੋ ਕੇ, ਜਿਹੜਾ ਜਿੱਥੇ ਬੈਠਾ ਵਾ, ਚਾਹੇ ਉਹ ਛੱਪੜ ਦੀ ਜਗ੍ਹਾ 'ਤੇ ਬੈਠਾ, ਚਾਹੇ ਉਹ ਕਿਸੇ ਦੀ ਜਗ੍ਹਾ 'ਤੇ ਬੈਠਾ, ਉਹ ਜਿੱਥੇ ਬੈਠਾ ਉਸ ਜਗ੍ਹਾ 'ਤੇ ਉਹ ਮੇਰਾ ਘਰ ਮੇਰੇ ਨਾਮ ਉਸ ਨੂੰ ਦਿੱਤਾ ਜਾਣਾ ਸੀ ਉਸ ਸਕੀਮ ਦੀ ਤਹਿਤ। ਪਰ ਸਾਡੇ ਇੱਥੇ ਜਦੋਂ ਵੀ ਵੋਟਾਂ ਆਉਂਦੀਆਂ ਮੈਨੂੰ ਨਹੀਂ ਸਮਝ ਆਉਂਦੀ, ਆਉਂਦੇ ਆ ਕਿੱਲੇ ਜੇ ਗੱਡ ਜਾਂਦੇ ਆ ਅਤੇ ਡਰਾਵਾ ਦੇ ਜਾਂਦੇ ਆ, ਪਰ ਰਾਜਾ ਜੀ ਨੇ ਇਹਨਾਂ ਨੂੰ ਬੇਚਿੰਤ ਕਰਕੇ ਸਭ ਤੋਂ ਵਧੀਆ ਜਿਹੜਾ ਭਰੋਸਾ ਦਵਾਇਆ ਇਹਨਾਂ ਨੂੰ ਵੀ ਬੇਚਿੰਤ ਹੋ ਜਾਓ, ਤੁਹਾਡੇ ਨੀਲੇ ਕਾਰਡ, ਤੁਹਾਡੀਆਂ ਜਿਹੜੀਆਂ ਵੀ ਦੁੱਖ ਤਕਲੀਫਾਂ ਵਾ ਤੁਸੀਂ ਮੈਨੂੰ ਮਦਦ ਕਰੋ, ਜਿਹੜੀ ਵੀ ਤੁਹਾਡੀ ਆਵਾਜ਼ ਆ ਇੱਥੋਂ ਪਾਰਲੀਮੈਂਟ 'ਚ, ਜਿਹੜੇ ਤੁਹਾਡੇ ਕੰਮ ਰਹਿੰਦੇ ਆ ਜਾਂ ਬਦਲਾਅ ਨੇ ਤੁਹਾਡੇ ਕੰਮ ਹੀ ਬਦਲਤੇ ਜੀ, ਠੀਕ ਹੈ ਜੀ। 29,000 ਰੁਪਈਆ ਇਹਨਾਂ ਦਾ, 26,000 ਮੈਨੂੰ ਆਈ ਥਿੰਕ ਜਿੰਨੇ ਵੀ ਮਹੀਨੇ ਹੋਏ 1,000 ਰੁਪਈਆ ਜਿਹੜਾ ਮਿਲਣਾ ਸੀ ਉਹ ਵੀ ਇਹਨਾਂ ਨੂੰ ਕਹਿ ਕੇ ਗਏ ਆ ਵੀ ਜਦੋਂ ਇਹਨਾਂ ਦੇ ਘਰ ਆਉਣਗੇ ਲੇਡੀਜ਼ ਕੋਲ ਤਾਂ ਆਪਣਾ 26,000 ਰੁਪਈਆ ਜ਼ਰੂਰ ਮੰਗਿਓ ਜੀ, ਠੀਕ ਹੈ ਜੀ। ਇਹੀ ਆ ਜੋ ਵੀ ਵਾਰਡ ਦੀਆਂ, ਬਾਕੀ ਵਾਰਡ ਵਾਸੀ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ, ਵਾਰਡ ਵਾਸੀ ਅੱਗੇ ਵੀ ਪਿਆਰ ਦਿੰਦੇ ਆ ਅਤੇ ਹੁਣ ਵੀ ਮੇਰੇ ਨਾਲ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਯੋਗਦਾਨ, ਚਾਹੇ ਉਹ ਮੇਰਾ ਭਰਾ ਬਣ ਕੇ, ਕਿਸੇ ਨੇ ਮੇਰੇ ਫਾਦਰ ਸਾਹਿਬ ਦੀ, ਕਿਸੇ ਨੇ ਮਾਤਾ ਜੀ ਵਾਂਗੂ, ਹਰੇਕ ਨੇ ਇੱਕ ਬੱਚੇ ਵਾਂਗੂ ਪਿਆਰ, ਭਰਾ ਵਾਂਗੂ ਪਿਆਰ ਦਿੱਤਾ। ਇਹੀ ਪਿਆਰ ਦੀ ਲੋੜ ਆ, ਵੋਟਾਂ ਦੀ ਤਾਂ ਚੱਲੀਆਂ ਹੀ ਜਾਣੀਆਂ ਜੀ, ਇੱਕ ਨੇ ਜਿੱਤਣਾ ਅਤੇ ਇੱਕ ਨੇ ਹਾਰਨਾ, ਹਮੇਸ਼ਾ ਇਹ ਪਰਿਵਾਰ ਸਾਡਾ ਇਕੱਠਾ ਰਹੇ, ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇਹੀ ਕਹੂੰਗਾ ਬਸ। ਮਨਸ਼ੂ ਮਾਲਕੇ ਜੀ ਦੀ ਮੰਤਰੀ ਜੀ ਨਾਲ ਬਹੁਤ ਨੇੜਤਾ ਹੈਗੀ ਆ, ਭਾਰਤ ਭੂਸ਼ਣ ਆਸ਼ੂ ਜੀ, ਉਹ ਜ਼ਿਆਦਾ ਐਕਟੀਵੇਟ ਦਿਖਾਈ ਨਹੀਂ ਦੇ ਰਹੇ, ਜਗਰਾਊਂਡ 'ਚ ਘੱਟ ਆ ਰਹੇ ਜੀ। ਮੇਰੀ ਅੱਜ ਵੀ ਭਾ ਆਸ਼ੂ ਜੀ ਨੇ ਅੱਜ ਵੀ ਆਉਣਾ ਸੀ ਵਾਰਡ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਮੇਰੇ ਕੋਲ ਆ ਤੁਹਾਨੂੰ ਮੈਂ ਕਾਲ ਡਿਟੇਲ ਦਿਖਾ ਦਿੰਦਾ, ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ, ਬਕਾਇਦਾ ਉਹਨਾਂ ਨੇ ਮੈਨੂੰ ਕਿਹਾ ਕਿ ਚੱਕ ਦੇ ਆੜੀ ਫੱਟੇ, ਆਹ ਮਿਸ ਕਾਲ ਆਈ ਹੋਈ ਆ ਜੀ, ਅਤੇ ਆਹ ਦੇਖ ਸਕਦੇ ਹੋ ਤੁਸੀਂ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਾਲ ਕੀਤੀ ਆ ਬੈਕ, ਮੈਨੂੰ ਉਹਨਾਂ ਨੇ ਠੋਕ ਕੇ ਕਿਹਾ ਆੜੀ ਫੱਟੇ ਚੱਕ ਦਿਓ,
ਇਹਦਾ ਮਤਲਬ ਇਹ ਤਾਂ ਨਹੀਂ ਹੋਗੇ ਕਿਉਂਕਿ ਲੁਧਿਆਣੇ ਦੇ ਵਿੱਚ ਉਹਨਾਂ ਨੇ ਖੋਦਾ ਹੋਣਾ ਸੀ ਇੱਥੇ, ਉਹ ਅੱਜ ਪਟਿਆਲੇ ਹਰੀਸ਼ ਚੌਧਰੀ ਜੀ ਨਾਲ ਨੇ, ਉਹਨਾਂ ਨੇ ਪੂਰਾ ਪੂਰੀ ਤਨਦੇਹੀ ਨਾਲ ਲੱਗੇ ਹੋਏ ਆ ਤੁਹਾਨੂੰ ਇਹ ਰਾਜਾ ਜੀ। ਅਸੀਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਬਜਾਏ ਮੈਂ ਤਾਂ ਕਹਿੰਦਾ 4 ਜੂਨ ਜਲਦੀ ਆਵੇ ਤਾਂ ਪਤਾ ਲੱਗੂ, ਮੈਂ ਇੱਥੇ ਕਹੀ ਜਾਵਾਂ ਲੱਖ ਵੋਟ ਨਾਲ ਜਿੰਨੇ ਬੈਠੇ ਆ ਨੌਜਵਾਨ ਇਹੀ ਕਹੀ ਜਾਂਦੇ ਆ ਵੀ ਰਾਜਾ ਵੜਿੰਗ ਅੱਗੇ ਆ ਜੀ, ਆਪਾਂ ਲੈ ਕੇ ਹੀ ਇਹਨੂੰ ਆਉਣਾ। ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ ਹੈਗੇ ਆ, ਉਹਨਾਂ ਨੂੰ ਲੁਧਿਆਣੇ ਤੋਂ ਉਤਾਰ ਦਿੱਤਾ, ਪਰ ਕਾਂਗਰਸ ਪਾਰਟੀ ਕੋਲ ਦੇਖੋ 9 ਹਲਕੇ ਹੈਗੇ ਆ, ਕਾਂਗਰਸ ਪਾਰਟੀ ਦੇ 9 ਹਲਕਿਆਂ ਦੇ ਵਿੱਚ ਐੱਮ ਐੱਲ ਏ ਖੜ੍ਹਦੇ ਆ, ਕੀ ਬਿੱਟੂ ਦੇ ਮੁਕਾਬਲੇ ਉਹਨੂੰ ਕੋਈ ਕੈਂਡੀਡੇਟ ਮਿਲਿਆ ਨਹੀਂ? ਨਾ ਨਾ, ਮੈਂ ਦੱਸਦਾ ਜੀ, ਪੰਜਾਬ ਦਾ ਪ੍ਰਧਾਨ, ਇੱਕ ਮਿੰਟ, ਪੰਜਾਬ ਦਾ ਪ੍ਰਧਾਨ ਕੀ ਹੋਇਆ? ਪੂਰੇ ਪੰਜਾਬ ਦਾ ਬੰਦਾ, ਜੇ ਪੂਰੇ ਪੰਜਾਬ ਦਾ ਪ੍ਰਧਾਨ ਲਾਇਆ ਉਹਨੂੰ ਪੰਜਾਬ 'ਚੋਂ ਜਿੱਥੇ ਮਰਜ਼ੀ ਲਾ ਦੇਣ ਤਾਂ ਪੰਜਾਬ ਦਾ ਹੀ ਬੰਦਾ ਉਹ, ਚਾਹੇ ਹੁਣ ਲੁਧਿਆਣੋਂ ਲਾ ਦੇਣ, ਚਾਹੇ ਬਠਿੰਡਿਓਂ ਲਾ ਦੇਣ ਅਤੇ ਚਾਹੇ ਲਾ ਦੇਣ ਉਹਨੂੰ ਜਲੰਧਰੋਂ, ਉਹ ਤਾਂ ਪੰਜਾਬ ਦਾ ਬੰਦਾ, ਜਿੱਥੋਂ ਮਰਜ਼ੀ ਲਾਉਣ। ਜਦੋਂ ਪੰਜਾਬ ਦਾ ਪ੍ਰੈਜ਼ੀਡੈਂਟ ਬਣਾਤਾ, ਇੱਕ ਪੰਜਾਬ ਦੀ ਨੁਮਾਇੰਦਗੀ ਉਹਨੂੰ ਉਹਦੇ ਹੱਥ ਕਮਾਂਡ ਦੇਤੀ, ਤਾਂ ਉਹਨੂੰ ਜਿੱਥੇ ਮਰਜ਼ੀ ਲੜਾ ਸਕਦੇ ਆ। ਉਹ ਇੱਥੇ ਪੰਜਾਬ 'ਚ ਇੱਥੇ ਲੜਾਇਆ ਸੀ ਤਾਂ ਮਾਣ ਮਹਿਸੂਸ ਕਰਦੇ ਹਾਂ। ਸ਼ਾਇਦ ਅੱਜ ਉਹਨੂੰ, ਮੈਂ ਕਹਿੰਦਾ ਸ਼ਾਇਦ ਅੱਜ ਉਹਨੂੰ ਐਮ ਪੀ ਬਣਾਇਆ, ਜਲਦੀ ਦੇਖੋ ਅਸੀਂ ਅੱਜ ਉਹਨੂੰ ਐਮ ਪੀ ਬਣਾ ਕੇ ਭੇਜਾਂਗੇ ਤੁਹਾਨੂੰ। ਮੈਂ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੂ ਚਿਹਰਾ ਪੰਜਾਬ ਪ੍ਰਧਾਨ ਤੁਸੀਂ ਭਾਰਤ ਭੂਸ਼ਣ ਆਸ਼ੂ ਜੀ ਨੂੰ ਜਲਦੀ ਦੇਖੋਗੇ। ਠੀਕ ਹੈ ਜੀ, ਹਾਂਜੀ, ਮੇਰਾ ਆਖਰੀ ਸਵਾਲ ਹੈਗਾ ਜੀ, ਇਹ ਵੀ ਵੜਿੰਗ ਜੀ ਨੇ ਕਿਹਾ ਸੀਗਾ ਵੀ ਮੇਰੇ ਦਿਲ ਵਿੱਚ ਜੋ ਹੈਗਾ, ਮੈਂ ਕਿੱਥੇ ਵੀ ਰਹਾਂ ਮੈਂ ਗਿੱਦੜਬਾਹਾ ਮੇਰੇ ਦਿਲ ਦੇ ਵਿੱਚ ਰਹਿੰਦਾ ਹੈਗਾ, ਕੀ ਉਹ ਓਨਾ ਪਿਆਰ ਦੇ ਸਕਣਗੇ ਜਦੋਂ ਜਿੱਤ ਦੇ ਆਪਾਂ ਨੇੜੇ ਹੈਗੇ? ਤੁਸੀਂ ਕਹਿ ਰਹੇ ਹੋ ਜਿੱਤੇ ਪਏ ਹੈਗੇ ਆ, ਕਿਵੇਂ ਕੁ ਲੱਗਦਾ ਹੈਗਾ ਤੁਹਾਨੂੰ? ਹੁਣ ਰਾਜਾ ਜੀ ਟਿਕਟ ਮੰਗਦੇ ਸੀ ਮੁਕਸਰੋਂ, ਤੁਹਾਨੂੰ ਵੀ ਸਭ ਨੂੰ ਪਤਾ ਜੀ, ਮੁਕਸਰੋਂ ਉਹਨਾਂ ਨੂੰ ਪਤਾ ਸੀ ਵੀ ਟਿਕਟ ਦੇਣੀ ਨਹੀਂ ਇਹਨੂੰ ਹਰਾਉਣ ਨੂੰ। ਉਹਨਾਂ ਨੇ ਇਹ ਸੋਚਿਆ ਵੀ ਇਹਨੂੰ ਅਕਾਲੀਆਂ ਦਾ ਗਾੜਾ, ਗਿੱਦੜਬਾਹੇ ਸਿੱਟਦੇ ਹੋਏ ਇਹਨੂੰ ਲਿਜਾ ਕੇ ਕਿਹੜਾ ਜਿੱਤ ਲੂ? ਉਹ ਤਾਂ ਰਾਜਾ ਵੜਿੰਗ ਜੀ ਦੀ ਕੈਪੇਬਿਲਟੀ, ਇੱਕ ਯੂਥ ਦੀ ਬਦੌਲਤ ਇੰਨੀ ਮਿਹਨਤ ਕੀਤੀ ਅਕਾਲੀਆਂ ਦੇ ਗੜ੍ਹ ਦੇ ਵਿੱਚ, ਉਹਨਾਂ ਨੇ ਫਤਿਹ ਲਿਆਂਦੀ, ਗਿੱਦੜਬਾਹਾ ਜਿੱਤਿਆ। ਜੇ ਅੱਜ ਗਿੱਦੜਬਾਹਾ ਤੋਂ ਉਹਨਾਂ ਦੀ ਐਡੀ ਪੈੜ ਬਣੀ, ਪੰਜਾਬ ਦੇ ਪ੍ਰਧਾਨ ਬਣੇ, ਅਤੇ ਉਹ ਗਿੱਦੜਬਾਹੇ ਨੂੰ ਕਿਵੇਂ, ਮੈਂ ਵਾਰਡ ਨੰਬਰ 12 'ਚੋਂ ਬਣਿਆ, ਕੱਲ੍ਹ ਨੂੰ ਰੱਬ ਇਹਨਾਂ ਦਾ ਕੀ ਪਤਾ ਮੈਨੂੰ ਐੱਮ ਐੱਲ ਏ ਬਣਾ ਦੇਣ, ਅਤੇ ਮੈਂ ਕੀ ਵਾਰਡ ਨੰਬਰ 12 ਦੇ ਨਿਵਾਸੀਆਂ ਨੂੰ ਭੁੱਲ ਜੂੰ? ਪਹਿਲ ਤਾਂ ਵਾਰਡ ਨੰਬਰ 12 ਦੀ ਹੋਊ, ਚਾਹੇ ਲੋਕਾਂ ਸਾਰਿਆਂ ਨੇ ਚੁਣਿਆ ਹੋਵੇ, ਖੜ੍ਹਾ ਕਰਨ ਵਾਲਾ ਕੌਣ ਆ? ਗਿੱਦੜਬਾਹਾ ਉਹਨਾਂ ਨੂੰ, ਅਤੇ ਗਿੱਦੜਬਾਹਾ ਨੂੰ ਕਿਵੇਂ ਕੋਈ ਭੁੱਲ ਜੂ? ਇਹ ਤਾਂ ਐਵੇਂ, ਉਹ ਤਾਂ ਕੋਈ ਗੱਲ ਹੀ ਨਹੀਂ ਹੈਗੀ। ਹਾਂ, ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੈਗੇ ਆ ਜੋ ਆਪਣੇ ਵਾਰਡ ਵਾਸੀ ਹੈਗੇ ਆ, ਜਾਂ ਆਪਾਂ ਕਹਿ ਸਕਦੇ ਹਾਂ ਪੂਰੇ ਜਗਰਾਓਂ ਵਾਸੀਆਂ ਨੂੰ? ਮੈਂ ਜਗਰਾਓਂ ਵਾਸੀਆਂ ਨੂੰ ਤੇ ਵਾਰਡ ਵਾਸੀਆਂ ਨੂੰ ਦੋਵੇਂ ਹੱਥ ਜੋੜ ਕੇ ਇਹੀ ਅਪੀਲ ਕਰੂੰਗਾ, ਵੋਟਾਂ ਵੱਧ ਚੜ੍ਹ ਕੇ 1 ਜੂਨ ਨੂੰ ਹੱਥ 5 ਦਾ ਬਟਨ ਦਬਾ ਕੇ 2 ਨੰਬਰ ਬਟਨ 'ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਰਾਜਾ ਵੜਿੰਗ ਜੀ ਨੂੰ ਲੋਕ ਸਭਾ 'ਚ ਭੇਜੋ, ਜੋ ਆਪਣੇ ਜਗਰਾਓਂ ਦੀ ਆਵਾਜ਼ ਚੱਕ ਸਕਣ, ਅਤੇ ਹਿਮਾਂਸ਼ੂ ਦੀ ਜਿੱਥੇ ਲੋੜ ਪਈ, ਜਿੱਥੇ ਜਿੱਥੇ ਉਹਨਾਂ ਨੂੰ, ਇਹ ਨਹੀਂ ਵੀ ਵਾਰਡ ਤੋਂ, ਵਾਰਡ ਤੋਂ ਬਾਹਰ ਵੀ ਉੱਠ ਕੇ ਜਿੱਥੇ ਉਹਨਾਂ ਨੂੰ ਲੋੜ ਪਈ ਮੇਰੀ, ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾਂ। ਠੀਕ ਹੈ, ਆਪਾਂ ਗੱਲਬਾਤ ਕੀਤੀ ਹੈਗੀ ਆ ਹਿਮਾਂਸ਼ੂ ਮਲਿਕ ਜੀ ਨਾਲ, ਅਤੇ ਆਪਾਂ ਵਾਰਡ ਨੰਬਰ 12 ਦੇ ਵਿੱਚ ਪਹੁੰਚੇ ਸੀਗੇ, ਉਹਨਾਂ ਨੇ ਕਿਹਾ ਵੀ ਜਿੱਥੇ ਵੀ ਪਾਰਟੀ ਨੂੰ ਹਿਮਾਂਸ਼ੂ ਮਲਿਕ ਦੀ ਲੋੜ ਪਊਗੀ ਉਹ ਇਹ ਨਾਲ ਆਪਣੀ ਯੋਗਦਾਨ ਦਿੰਦੇ ਰਹਿਣਗੇ। ਤੁਸੀਂ ਵੇਖਦੇ ਰਹੋ ਰੈਗੂਲਰ ਗਾਉਂ 24 ਨਿਊਜ਼ ਚੈਨਲ, ਮੈਂ ਤੁਹਾਡਾ ਆਪਣਾ ਰਾਜਗਾਲ।